ਬਿਸਮਿਲ੍ਲਾਹਿਰ-ਰਹਿਮਾਨ-ਰਹੀਮ ਅਸਲਾਮ ਅਲੈਕੁਮ। ਮੈਂ ਹਾਂ ਤੁਹਾਡੀ ਭੈਣ ਪੰਜਾਬੀ ਪਠਾਣੀ। ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ ਜੀ। ਬਿਲਾਲ ਦਾ ਪਾਪਾ ਨਾ ਟਰਾਈ ਕਰ ਰਿਹਾ ਵਾ, ਟਰਾਈ ਨਹੀਂ ਬਲਕਿ ਇਹਨਾਂ ਨੇ ਨਾ ਬੈੱਡ ਨੂੰ ਜੋੜ ਲਿਆ। ਇੱਧਰਲੀ ਸਾਈਡ ਜਿਹੜੀ ਆ ਇਹ ਵੀ ਜੋੜ ਹੋ ਗਈ, ਉੱਪਰਲੀ ਵੀ ਜੋੜ ਹੋ ਗਈ। ਆਹ ਜਿਹੜੀਆਂ ਬਾਈਆਂ ਵਾ ਨਾ, ਇਹ ਅਸੀਂ ਜਦੋਂ ਬੈੱਡ ਲਿਆ ਨਾ ਤੇ ਇਹ ਉਦੋਂ ਆ ਬਾਈਆਂ ਗਿਲੀਆਂ ਸੀ, ਇਹਨਾਂ ਨੇ ਰੰਗ ਕੀਤਾ ਸੀ ਲੇਕਿਨ ਹੈ ਗਿਲੀਆਂ। ਇਸ ਕਰਕੇ ਨਾ ਹੁਣ ਉਹ ਡਿੰਗੀਆਂ ਚਿਬੀਆਂ ਹੋ ਗਈਆਂ ਅਤੇ ਹੁਣ ਉਹਦਾ ਨਾ ਕੋਈ ਸਿਸਟਮ ਸਹੀ ਨਹੀਂ ਹੋ ਰਿਹਾ ਵਾ, ਅਤੇ ਦੇਖਦੇ ਹਾਂ ਕੀ ਬਣਦਾ ਜੀ। ਅੱਜ ਨਾ ਕੁਛ ਧੁੱਪ ਨਿਕਲੀ ਸੀਗੀ ਅਤੇ ਅਸੀਂ ਨਾ ਬੈੱਡ ਜਿਹੜਾ ਵਾ ਨਾ ਉਹ ਜੋੜ ਜੋੜ ਕੇ ਨਾ ਅਤੇ ਦੂਸਰਾ ਸਹੀ ਕਰ ਲਿਆ ਵਾ ਇੱਧਰ। ਵੈਸੇ ਗੱਤੇ ਦੇ ਵਿੱਚ ਨਾ ਜਿਹੜਾ ਥੱਲੇ ਗੱਤਾ ਰੱਖਿਆ ਵਾ ਨਾ, ਬਾਈਆਂ ਦੇ ਵਿੱਚ ਵੀ ਫਰਕ ਪਿਆ ਵਾ, ਗੱਤੇ ਦੇ ਵਿੱਚ ਤਾਂ ਜ਼ਿਆਦਾ ਹੀ ਨਾ ਫਰਕ ਪੈ ਗਿਆ। ਅਤੇ ਇਸ ਕਰਕੇ ਨਾ ਜਦੋਂ ਕੁਛ ਦਿਨ ਠਹਿਰ ਕੇ ਨਾ ਅਸੀਂ ਜਿਹੜਾ ਨੀਚੇ ਵਾਲਾ ਗੱਤਾ ਵਾ ਨਾ, ਉਹ ਵੈਸੇ ਵੀ ਸਾਨੂੰ ਮਹਿੰਦਾ ਵੀ ਟੁੱਟ ਜਾਣਾ ਵਾ, ਇਹਨੇ ਰਹਿਣਾ ਨਹੀਂ। ਅਤੇ ਕਿਉਂ ਇਹ ਨਾ ਗਿੱਲਾ ਹੋਇਆ ਸੀਗਾ, ਵੈਸੇ ਅੱਜ ਧੁੱਪ ਨਿਕਲੀ ਸੀ ਅਸੀਂ ਸੁਕਾਇਆ ਵਾ, ਲੇਕਿਨ ਫਿਰ ਵੀ ਨਾ ਦੂਸਰਾ ਅਸੀਂ ਨੀਚੇ ਵਾਲਾ ਜਿਹੜਾ ਗੱਤਾ ਵਾ ਨਾ ਉਹ ਅਸੀਂ ਕੁਛ ਦਿਨ ਉੱਪਰ ਰਵੇ ਫਿਰ ਅਸੀਂ ਦੂਸਰਾ ਲਿਆ ਕੇ ਨਾ ਉਹ ਪਾਵਾਂਗੇ ਇਹਦੇ ਉੱਪਰ। ਰੰਗ ਰੁੰਗ ਕੀਤਾ ਸੀ, ਹਰ ਚੀਜ਼ ਗਿੱਲੀ ਉਹਨੇ ਲਾਈ ਆ। ਗਿੱਲੀ ਚੀਜ਼ ਲਾਓ ਨਾ ਹਮੇਸ਼ਾ ਤੇ ਦੂਸਰਾ ਉਹ ਨਾ ਖਰਾਬ ਹੋ ਜਾਂਦਾ, ਤੇ ਬੈੱਡ ਜਿਹੜਾ ਨਾ ਸਾਡਾ ਇਸ ਕਰਕੇ ਨਾ ਨੀਚੇ ਉਹ ਖਰਾਬ ਹੋ ਗਿਆ ਵਾ। ਕੁਛ ਤਾਂ ਆਹ ਬਾਰਿਸ਼ ਨੇ ਕੰਮ ਖਰਾਬ ਕੀਤਾ ਤੇ ਹੁਣ ਫਿਰ ਇੰਨਾ ਬਦਲ ਹੋਇਆ ਵਾ, ਤੇ ਅਸੀਂ ਕਹਿੰਦੇ ਹਾਂ ਅੱਲਾ ਕਰੇ ਬਾਰਿਸ਼ ਨਾ ਪਵੇ। ਤੇ ਬਾਰਿਸ਼ ਆਪਣਾ ਪਹਿਲਾ ਬੈੱਡ ਜਿਹੜਾ ਸੀ ਕਿੰਨਾ ਮਜ਼ਬੂਤ ਸੀਗਾ, ਉਹਨੂੰ ਤਕਰੀਬਨ 16-17 ਸਾਲ 6,000 ਦਾ ਆਪਾਂ ਲਿਆ ਸੀਗਾ, ਤੇ ਉਹ ਲੋਕ ਕਿੰਨੇ ਸਾਲ ਆਪਣੇ ਨਾਲ ਰਿਹਾ। ਉਹ ਤਾਂ ਬਸ ਨੀਚੇ ਭੁਰਨ ਲੱਗ ਗਿਆ ਸੀ, ਅਸੀਂ ਉਹ ਫਿਰ ਬਦਲ ਮਾ ਫਿਰ ਆ ਰਹੇ ਆ। ਇਧਰੋਂ ਕਾਲੇ ਸ਼ਾ ਬਦਲ ਆ ਰਹੇ, ਇਧਰ ਅਲੀ ਸਾਈਡ ਤੇ ਬਾਰਿਸ਼ ਵੀ ਪੈ ਗਈ ਹੈ ਮੇਰੇ ਖਿਆਲ। ਹਾਂ ਇਧਰ ਬਾਰਿਸ਼ ਪੈ ਰਹੀ ਹੈ ਜੀ। ਕੱਪੜੇ ਧੋਤੇ ਸੀਗੇ ਤੇ ਉਹ ਨਾ ਟੈਵਾਂ ਲਾਉਣ ਵਾਲੀਆਂ ਸੀਗੀਆਂ, ਮੈਂ ਕਿਹਾ ਇਹਨਾਂ ਦੀਆਂ ਟੈਵਾਂ ਲਾ ਲਈਏ। ਮਾਸ਼ਾਅੱਲਾ ਸਮਾਨ ਸਾਰਾ ਨਾ ਸੈੱਟ ਸੁੱਟ ਹੋ ਗਿਆ ਵਾ। ਆਇਓ ਬੰਦੇ ਬਲੇ ਇਹਨਾਂ ਦੀਆਂ ਤੈਵਾਂ ਲਾਵਾਂਗੇ। ਤੇ ਬਾਹਰ ਨਾ ਬਾਰਿਸ਼ ਜਿਹੜੀ ਆ ਨਾ ਦੁਬਾਰਾ ਫਿਰ ਸ਼ੁਰੂ ਹੋ ਗਈ ਆ, ਬਹੁਤ ਬਾਰਿਸ਼ ਨੇ ਨਾ ਕੰਮ ਖਰਾਬ ਕੀਤਾ। ਕੋਈ ਸਮਝ ਹੀ ਨਹੀਂ ਆ ਰਹੀ ਕੀ ਕਰੇ ਬੰਦਾ, ਕਿਹੜੇ ਪਾਸੇ ਜਾਵੇ ਬਾਰਿਸ਼ ਤੋਂ। ਜੀ ਅੱਜ ਲੈ ਕੇ ਆਏ ਹਾਂ ਜੀ ਬੇਗਮ ਨੂੰ ਸਰਕਾਰੀ ਹਸਪਤਾਲ, ਅਤੇ ਰਸ਼ ਤਾਂ ਹੈਗਾ ਬਹੁਤ ਜ਼ਿਆਦਾ, ਅਤੇ ਮਿਸਤਰੀ ਵੀ ਲੱਗੇ ਆ। ਦਵਾਈ ਲੈਣ ਆਏ ਸੀ, ਮੈਂ ਕਿਹਾ ਚਲੋ ਦਵਾਈ ਪਹਿਲੇ ਦੀ ਲੈ ਲਈਏ ਫਿਰ ਮਿਸਤਰੀ ਨਾਲ ਦੇਖਦੇ ਹਾਂ। ਰਸ਼ ਬਹੁਤ ਜ਼ਿਆਦਾ ਵਾ, ਪਰਚੀ ਤਾਂ ਲੈ ਲਈ ਆ ਲੇਕਿਨ ਦੇਖੋ ਕਿਸ ਟਾਈਮ ਨੰਬਰ ਲੱਗਦਾ ਵਾ।
ਮੈਂ ਜੀ ਇੱਥੋਂ ਰੋਟੀਆਂ ਲੈਣ ਅੱਜ ਬੇਗਮ ਸਾਹਿਬ ਦੀ ਤਬੀਅਤ ਖਰਾਬ ਸੀਗੀ ਅਤੇ ਮੈਂ ਕਿਹਾ ਤੰਦੂਰ ਤੋਂ ਅੱਜ ਰੋਟੀ ਲੈ ਕੇ ਚੱਲਦੇ ਹਾਂ ਅਤੇ ਇੱਥੇ ਰੋਟੀਆਂ ਲਵਾਂਗੇ। ਇੱਦਾਂ ਜੀ ਨੀਚੇ ਸ਼ੁਰੂ ਹੋ ਗਏ ਆ ਟੀ ਵੀ ਲਾਉਣ 'ਚ, ਕੁਛ ਕਰ ਲਿਆ ਵਾ ਕੁਛ ਰਹਿੰਦਾ ਵਾ। ਇੱਧਰ ਜਵਾਨ ਲੱਗੇ ਆ ਕਿਚਨ ਦੇ ਵਿੱਚ, ਅਤੇ ਇੱਧਰ ਵਾਲਾ ਕਮਰੇ ਦੀ ਵੀ ਛੱਤ ਹੋ ਗਈ ਆ, ਇੱਕ ਕੋਟ ਇਹਦਾ ਰਹਿੰਦਾ ਵਾ ਛੱਤ। ਅਤੇ ਬਾਕੀ ਕਿਚਨ ਦਾ ਅੱਜ ਫਿਲਹਾਲ ਪਕਾਉਣ ਵਾਲਾ ਸਿਸਟਮ ਸਾਰਾ ਬੰਦ ਕਰਤਾ, ਸਿਲੰਡਰ ਲੈ ਗਏ ਉੱਤੇ ਅਤੇ ਪਕਾਉਣ ਵਾਲਾ ਅੱਜ ਉੱਤੇ ਚਾਏ ਚੂਰ ਅਤੇ ਬਣਾਈ ਆ ਅਤੇ ਬੇਟੀ ਨੂੰ ਕਿਹਾ ਸੀਗਾ ਮੈਂ ਕਿਹਾ ਉੱਤੇ ਹੀ ਲੈ ਜਾ ਹਰ ਚੀਜ਼। ਇਸ ਸਿਲੰਡਰ ਜੀ 'ਚ ਬਣਾਉਣਗੇ ਚਾਏ, ਸਮਾਨ ਕੁਛ ਉੱਤੇ ਲੈਂਦਾ ਵਾ ਸਾਲਣ ਵਗੈਰਾ ਜਾਂ ਚਾਏ ਦਾ ਚੀਨੀ ਪੱਤੀ ਸਾਰੀ ਲੈ ਆਉਂਦੀ ਆ ਉੱਤੇ। ਹਾਂਜੀ ਬਿਲਾਲ ਚਾਏ ਬਣਾ ਰਹੇ ਹੋ? ਸਹੀ ਹੈ ਚਾਏ ਬਣਾ ਹੈ। ਮੈਂ ਚੱਲਦਾ ਤੇਰੀ ਮੰਮਾ ਦੀਆਂ ਗੋਲੀਆਂ ਲੈਣ, ਦਵਾਈ ਲੈ ਕੇ ਆਉਂਦਾ ਵਾਂ। ਅਤੇ ਇਹ ਗੱਦਾ ਵੀ ਬਾਹਰ ਕੱਢਤਾ, ਮੈਂ ਕਿਹਾ ਥੋੜ੍ਹੀ ਧੁੱਪ ਲੱਗ ਜਾਵੇ, ਅੱਜ ਮੌਸਮ ਥੋੜ੍ਹਾ ਹੈ ਤਾਂ ਸਹੀ ਲੇਕਿਨ ਬੱਦਲ ਫਿਰ ਹੈ। ਅਤੇ ਬੇਗਮ ਸਾਹਿਬਾ ਦੇਖਦੇ ਹਾਂ। ਹਾਂਜੀ ਕੀ ਹਾਲ ਆ? ਮੈਂ ਚੱਲਾਂ ਦਵਾਈ ਲੈਣ ਅਤੇ ਗੋਲੀ ਜਿਹੜੀ ਪਹਿਲੇ ਲਈ ਵਾਪਸ ਕਰ ਦਿੰਦੇ ਹਾਂ, ਜੋ ਹੋਰ ਲੈ ਆਉਂਦੇ ਹਾਂ। ਹਾਂ ਵਾਪਸ ਕਰਦੇ ਜਿਹੜੀ ਹੁਣ ਲਿਖ ਦਿੱਤੀ ਉਹ ਲੈ ਆਉਂਦੇ ਹਾਂ। ਠੀਕ ਆ। ਆਪੇ ਕੋਲ ਅਸੀਂ ਦੋ ਗਮਲੇ ਰੱਖੇ ਤੇ ਬਹੁਤ ਸੁੱਕ ਗਿਆ ਪੌਦੇ, ਕੌਣ ਸੇ ਗਮਲੇ ਆ ਬਹੁਤ ਖਰਾਬ ਹੋ ਚੁੱਕੇ ਹੈ। ਇਹ ਪਤਾ ਨਹੀਂ ਕਦੋਂ ਯਾਰ ਬਤਾਊ ਮੈਂ ਕਿਆ ਹੈ, ਇਹ ਲੱਗਾ ਹੋਇਆ ਇਹ ਦੇਖੇ ਇਹ ਸੁੱਕ ਗਿਆ ਇਹ ਦੇਖੇ ਇੱਕ ਥੋੜਾ ਨਹੀਂ ਸੁੱਕਾ ਇਹ ਵਾਲਾ ਕੌਣ ਸਾ ਵੋ ਇਹ ਬਹੁਤ ਖੇੜਾ ਹੋਇਆ ਇਹ ਦੇਖੇ ਇਹ ਦੇਖੇ ਇਹ ਉੱਪਰ ਵਾਲੇ ਬਹੁਤ ਖਿੜੇ ਹੋਏ ਆ ਇਹ ਦੇਖੇ ਜਿਹੜੀ ਚੀਜ਼ ਵੀ ਖਾਵਾਂ ਨਾ ਦਿਲ ਨਹੀਂ ਕਰਦਾ ਕੋਈ ਚੀਜ਼ ਨਾ ਦਿਲ ਬੰਦਾ ਖਾਵੇ ਤੇ ਹੁਣ ਮੈਂ ਨਾਲ ਕੋਲ ਸੇਵੀਆਂ ਮੰਗਾਈਆਂ ਮੈਂ ਕਿਹਾ ਉਹ ਪਕਾ ਕੇ ਦੇਖਦੀ ਹਾਂ
ਤੇ ਅੱਜ ਚੈੱਕ ਕਰਨ ਦਰਵਾਜ਼ਿਆਂ ਦਾ ਹਾਲ ਇਸ ਤਰ੍ਹਾਂ ਨਾ ਬਾਰਿਸ਼ ਦੇ ਨਾਲ ਹੋ ਗਈਆਂ ਸਾਰੀਆਂ ਇਸ ਤਰ੍ਹਾਂ ਖਰਾਬ ਹੋ ਗਏ ਇਸ ਤਰ੍ਹਾਂ ਸਾਰੇ ਖਰਾਬ ਹੋ ਗਏ ਆ ਬਹੁਤ ਜ਼ਿਆਦਾ ਨੁਕਸਾਨ ਆ ਹਜੇ ਦੋ ਦਿਨ ਬਾਰਿਸ਼ ਤੇ ਹੋਰ ਦੱਸੇ ਆ ਰੋਜ਼ ਹੀ ਸ਼ਾਮ ਟਾਈਮ ਨਾ ਬਾਰਿਸ਼ ਆ ਜਾਂਦੀ ਆ ਤਿੰਨ ਤੋਂ ਚਾਰ ਵਜੇ ਤੀਕ ਨਾ ਬਾਰਿਸ਼ ਆ ਜਾਂਦੀ ਆ ਫਿਰ ਰਾਤ ਨੂੰ ਬਾਰਿਸ਼ ਪੈਂਦੀ ਆ ਅਤੇ ਬਹੁਤ ਜ਼ਿਆਦਾ ਨੁਕਸਾਨ ਅਤੇ ਆਹ ਜਿਹੜਾ ਗੱਡਾ ਵਾ ਨਾ ਇਹ ਵੀ ਲਿਆ ਕੇ ਨਾ ਉੱਪਰ ਧੁੱਪੇ ਅਸੀਂ ਰੱਖਿਆ ਸੀ ਕਿ ਵੀ ਇਹ ਵੀ ਚਲੋ ਧੁੱਪ ਛੁੱਪ ਲੱਗ ਜਾਏ ਇਹਨੂੰ ਪੜਦੇ ਧੋਤੇ ਸੀ ਮਸ਼ੀਨ ਲਾਈ ਸੀ ਉਹ ਵੀ ਹਜੇ ਨਾ ਗਿੱਲੇ ਸੀ ਕੁਛ ਕੱਪੜੇ ਉਹ ਲਾ ਕੇ ਤੈ ਲਾ ਕੇ ਨਾ ਅਤੇ ਉਹ ਰੱਖ ਲਏ ਉੱਧਰ ਨੀਚੇ ਤਾਂ ਸਾਰੀ ਮਿੱਟੀ ਮਿੱਟੀ ਹੋਈ ਆ ਅਤੇ ਉੱਪਰ ਵਾਲਾ ਪੁੱਛਣ ਇੰਨਾ ਵਾ ਵੀ ਅਸੀਂ ਨਾ ਦੂਸਰਾ ਗੁਜ਼ਾਰ ਦੇ ਮੁਤਾਬਿਕ ਨਾ ਸਾਫ਼ ਕਰ ਲਿਆ ਸੀ ਕਿਹਾ ਵੀ ਖਾਣ ਪੀਣ ਦੇ ਵਿੱਚ ਮਸਲਾ ਨਾ ਇੱਧਰ ਦੀਵਾਰ ਚੈੱਕ ਕਰੋ ਦੀਵਾਰ ਸਾਰੀ ਇਸ ਤਰ੍ਹਾਂ ਨਾ ਗਿੱਲੀ ਹੋਈ ਆ ਇਹ ਰੰਗ ਦੇ ਨਾਲ ਨਹੀਂ ਹੋਏ ਬਾਰਿਸ਼ ਦੇ ਨਾਲ ਇਸ ਤਰ੍ਹਾਂ ਨਾ ਕਾਫ਼ੀ ਨੁਕਸਾਨ ਹੈ ਅਤੇ ਚਾਏ ਜਿਹੜੀ ਆ ਨਾ ਉਹ ਮੇਰੀ ਬੇਟੀ ਨੇ ਬਣਾਈ ਆ ਅਤੇ ਹੁਣ ਨਾ ਮੈਂ ਬਣਾਉਣ ਲੱਗੀ ਹਾਂ ਸੇਵੀਆਂ ਆਪਣੇ ਵਾਸਤੇ ਵੈਸੇ ਤਾਂ ਨਾ ਮੈਂ ਪਹਿਲੇ ਨਾ ਹੋਰ ਤਰ੍ਹਾਂ ਸੇਵੀਆਂ ਬਣਾਉਂਦੀ ਸੀ ਅੱਜ ਨਾ ਮੇਰਾ ਦਿਲ ਹਾ ਅਤੇ ਮੈਂ ਨਾ ਦਿਲ ਤਾਂ ਮੇਰੇ ਉਸ ਸੇਵੀਆਂ ਵਾਸਤੇ ਨਾ ਕਾਫ਼ੀ ਦਿਨ ਹੋ ਗਿਆ ਹੈ ਜੇ ਨਾ ਦੂਸਰਾ ਹੱਥ ਦੇ ਨਾਲ ਨਾ ਮਸ਼ੀਨ ਦੇ ਨਾਲ ਬਣਾਉਂਦੇ ਆ ਉਹਨਾਂ ਵਾਸਤੇ ਨਾ ਮੇਰੇ ਕਾਫ਼ੀ ਦਿਨਾਂ ਦਾ ਦਿਲ ਹੈ ਵੀ ਮੈਂ ਨਾ ਉਹ ਸੇਵੀਆਂ ਬਣਾ ਕੇ ਖਾਵਾਂ ਲੇਕਿਨ ਉਹ ਮਸ਼ੀਨ ਹੀ ਨਹੀਂ ਹੈ ਕਿੱਥੇ ਹੋਣੀ ਮਸ਼ੀਨ ਕਿੱਥੇ ਨਹੀਂ ਅਤੇ ਮੈਂ ਕਿਹਾ ਚੱਲ ਅੱਜ ਇਹ ਵੀ ਜਿਹੜੀ ਬਾਜ਼ਾਰੀ ਸੇਵੀਆਂ ਵਾ ਨਾ ਇਹ ਵੀ ਬਣਾ ਲੈਂਦੇ ਹਾਂ ਅਤੇ ਕੱਪੜਾ ਵੀ ਨਹੀਂ ਲੋੜ ਜੀ ਮਾਸ਼ਾ ਅੱਲਾ ਪਾਣੀ ਉੱਪਰ ਰੱਖ ਲਿਆ ਵਾ ਪਾਣੀ ਨਾ ਗਰਮ ਹੋ ਜਾਵੇ ਇਹ ਨਾ ਤੋਤਿਆਂ ਵਾਸਤੇ ਅਤੇ ਚੂਹਿਆਂ ਵਾਸਤੇ ਲੈ ਕੇ ਆਏ ਆ ਬਾਜਰਾ ਅਤੇ ਨਾਲ ਦਲੀਆ ਦਲੀਆ ਦੇ ਵਿੱਚ ਤਾਂ ਸੁਸਰੀ ਬਹੁਤ ਆ ਮੌਸਮ ਇੱਦਾਂ ਦਾ ਵਾ ਨਾ ਅੱਜ ਕੱਲ੍ਹ ਸੁਸਰੀ ਪੈ ਜਾਂਦੀ ਆ ਸੂਜੀ ਦੇ ਵਿੱਚ ਦਲੀਆ ਦੇ ਵਿੱਚ ਅਤੇ ਮੈਂ ਨਾ ਮੰਗਾਏ ਉਹਦੇ ਕੋਲ ਮੈਂ ਕਿਹਾ ਭਿੰਡੀਆਂ ਵੀ ਨਾਲ ਲੈ ਕੇ ਅਤੇ ਨਾ ਮੇਰੀ ਦਵਾਈ ਲੈ ਕੇ ਆਏ ਆ ਆ ਟੀਕਾ ਵਾ ਕਹਿੰਦੇ ਚਾਹੇ ਜੂਸ 'ਚ ਪੀ ਲਾ ਚਾਹੇ ਨਾ ਉਹਦੇ ਵਿੱਚ ਪੀ ਲਾ ਬਾਕੀ ਉਹਨੂੰ ਕਹਿੰਦੇ ਆ ਦੁੱਧ ਦੇ ਵਿੱਚ ਅਤੇ ਆਹ ਦਵਾਈ ਲੈ ਕੇ ਆਏ ਆ ਬਿਲਾਮ ਦਾ ਪਾਪਾ ਹਾਂ ਇਹ ਵੀ ਮੈਂ ਖਾਵਾਂਗੀ ਅਤੇ ਪਹਿਲੇ ਨਾ ਸੇਵੀਆਂ ਦਾ ਪਾਣੀ ਦੇਖ ਲਵਾਂ ਪਹਿਲਾਂ ਪਾਣੀ ਜਿਹੜਾ ਵਾ ਨਾ ਉਬਲ ਗਿਆ ਵਾ ਇਹਦੇ ਵਿੱਚ ਨਾ ਸੇਵੀਆਂ ਪਾਵਾਂਗੇ ਹਾਂ ਇਹਦੇ ਵਿੱਚ ਨਾ ਇੱਕ ਚਮਚ ਨਾ ਮੈਂ ਦੂਸਰਾ ਘਿਓ ਦਾ ਪਾਇਆ ਜੀ ਸੇਵੀਆਂ ਜਿਹੜੀਆਂ ਨਾ ਇਹਨੂੰ ਮੈਂ ਹੁਣ ਇਸ ਤਰ੍ਹਾਂ ਉਬਾਲਾਂਗੀ ਅਤੇ ਇੱਕ ਚਮਚੀ ਮੈਂ ਘਿਓ ਦੀ ਪਾਈ ਆ ਤਾਂ ਕਿ ਨਾ ਆਪਸ ਵਿੱਚ ਨਾ ਚਿਪਕੇ ਨਾ
ਜੀ ਚੁੱਲ੍ਹਾ ਜਿਹੜਾ ਨਾ ਮੈਂ ਬੰਦ ਕਰਤਾ ਅਤੇ ਹੁਣ ਨਾ ਇਹਦਾ ਜਿਹੜਾ ਪਾਣੀ ਹੈ ਨਾ ਕਿੰਨੀਆਂ ਦਾ ਇਹ ਮੈਂ ਡੋਲ ਲੈਂਦੀ ਹਾਂ। ਵੈਸੇ ਤਾਂ ਨਾ ਮੈਂ ਛਾਣੇ ਦੇ ਵਿੱਚ ਨਾ ਇਸ ਤਰ੍ਹਾਂ ਦੂਸਰਾ ਸੇਮੀਆਂ ਹੋਵੇ ਜਾਂ ਪਕੌੜਾ ਹੋਵੇ ਉਹ ਕੀ ਉਹਨੂੰ ਕਹਿੰਦੇ ਆ ਜ਼ਰਦਾ ਪਕੌੜਾ ਹੋਵੇ ਅਤੇ ਉਹ ਫਿਰ ਮੈਂ ਛਾਣੇ ਦੇ ਵਿੱਚ ਨਾ ਦੂਸਰਾ ਪਾਣੀ ਉਹਦਾ ਦੂਸਰਾ ਡੋਲ ਲੈਂਦੀ ਹਾਂ। ਲੇਕਿਨ ਛਾਣਨਾ ਹੈਗਾ ਨੀਚੇ ਅਤੇ ਨੀਚੇ ਨਾ ਭਾਈ ਹੋਰੇ ਕੰਮ ਕਰ ਰਹੇ ਆ। ਮੈਂ ਕਿਹਾ ਚੱਲ ਇਸ ਤਰ੍ਹਾਂ ਹੀ ਨਾ ਗੁਜ਼ਾਰਾ ਕਰ ਲੂੰਗੀ। ਜੀ ਬਿਜਲੀ ਨੇ ਨਾ ਬੜਾ ਤੰਗ ਕੀਤਾ ਵਾ ਅਤੇ ਮਹੀਨੇ ਸਿਆਦੇ ਸਿਆਦੇ ਬਿੱਲ ਆਉਂਦੇ ਆ ਅਤੇ ਬਿਜਲੀ ਜਿਹੜੀ ਹੈ ਨਾ ਮਿੰਟ ਦਾ ਬੰਦ ਕਰ ਦਿੰਦੇ ਆ। ਇੱਕ ਬੰਦੇ ਦੀ ਸਿਹਤ ਨਹੀਂ ਠੀਕ ਹੁੰਦੀ, ਇੱਕ ਉੱਤੋਂ ਬਿਜਲੀ ਵਾਲੇ ਤੰਗ ਕਰਦੇ ਆ। ਕੱਪੜਾ ਜਿਹੜੇ ਹੱਥ ਦੇ ਸੇਮੀਆਂ ਹੁੰਦੀਆਂ ਨਾ ਉਹ ਦੂਸਰਾ ਬੜੇ ਮਜ਼ੇ ਦੇ ਬਣਦੇ ਆ। ਇਸ ਤਰ੍ਹਾਂ ਨਾ ਰਾਤ ਦੇ ਵਿੱਚ ਘਿਓ ਮੈਂ ਪਾ ਲਿਆ ਅਤੇ ਉਹਨਾਂ ਸੇਮੀਆਂ ਜਿਹੜੀਆਂ ਨਾ ਪਾਣੀਆਂ ਜਿੰਨੀ ਮਰਜ਼ੀ ਕੋਸ਼ਿਸ਼ ਬੰਦਾ ਕਰ ਲਵੇ ਨਾ ਫਿਰ ਵੀ ਇਹ ਨਾ ਮੇਰੇ ਕੋਲ ਤਾਂ ਜੁੜ ਜਾਂਦੇ ਆ। ਜਿਹੜੀ ਬਰੀਕ ਸੇਮੀਆਂ ਹੁੰਦੀਆਂ ਨਾ ਉਹ ਮੇਰੇ ਕੋਲ ਬਹੁਤ ਮਜ਼ੇ ਦੇ ਪੱਕਦੇ ਆ ਅਤੇ ਇਹ ਰੰਗ ਵਾਲੇ ਬਾਈ ਹੋਰਾਂ ਨੂੰ ਵੀ ਸੇਮੀਆਂ ਦੇਵਾਂਗੀ ਅਤੇ ਆਪ ਹੀ ਅਸੀਂ ਖਾਵਾਂਗੇ। ਜੀ ਸ਼ੱਕਰ ਨਾ ਉਸ ਦਿਨ ਮੈਂ ਲੈ ਕੇ ਆਈ ਸੀਗੀ ਅਤੇ ਜਿਹੜੇ ਹੱਥ ਦੇ ਬਣੇ ਹੁੰਦੇ ਆ ਨਾ ਉਹ ਸੇਮੀਆਂ ਬਹੁਤ ਅੱਛੀਆਂ ਹੁੰਦੀਆਂ, ਲੇਕਿਨ ਇਹ ਨਾ ਮੈਦਾ ਹੁੰਦਾ ਵਾ ਅਤੇ ਇਹਦੇ ਉੱਪਰ ਨਾ ਮੈਂ ਪਾਵਾਂਗੀ ਸ਼ੱਕਰ। ਬਿਸਮਿਲ੍ਲਾ ਰਹਿਮਾਨ ਰਹਿਮ। ਜੀ ਅਸੀਂ ਨਾ ਸੇਮੀਆਂ ਦੋ ਪੈਕਟ ਸੀਗੇ ਰੰਗ ਵਾਲੇ ਭਾਈ ਉਹਨਾਂ ਨੂੰ ਸੇਮੀਆਂ ਦਿੱਤੀਆਂ ਅਤੇ ਆਪ ਨਾ ਸੇਮੀਆਂ ਖਾਵਾਂਗੇ। ਜਿਹਨੇ ਜਿਹਨੇ ਸਾਡੇ ਨਾਲ ਸੇਮੀਆਂ ਖਾਣੀਆਂ ਨਾ ਕਾਣ ਕੇ ਸਾਡੇ ਨਾਲ ਖਾ ਸਕਦੇ ਹਾਂ। ਬੜੀ ਗਰਮੀ ਆ, ਮੇਰੇ ਤਾਂ ਵੈਸੇ ਦਿਲ ਨੂੰ ਘਬਰਾਹਟ ਹੁੰਦੀ ਆ ਅਤੇ ਗਰਮੀ ਨੇ ਇੰਨਾ ਪਾਗਲ ਕੀਤਾ ਹੋਇਆ।
ਅਸੀਂ ਨਾਲ ਜਿਹੜਾ ਪਲਾਟ ਆ ਨਾ ਉੱਥੇ ਉਹ ਗਿਆ ਸੀਗਾ ਜਿਹਨਾਂ ਦਾ ਪਲਾਟ ਆ ਸੀਗਾ ਵੀ ਨਾ ਤੁਸੀਂ ਮਿੱਟੀ ਸਟਾਓ, ਸਾਡਾ ਕਾਫੀ ਨੁਕਸਾਨ ਹੋ ਗਿਆ ਅਤੇ ਉਹ ਨਾ ਮਿੱਟੀ ਅੱਜ ਨਾ ਲੈ ਕੇ ਆਏ ਆ ਨਾ ਮਿੱਟੀ ਸਿੱਟਦੇ ਆ ਇੱਧਰ ਵਾਲੇ ਨਾਲ ਵਾਲੇ ਪਲਾਟ ਦੇ ਵਿੱਚ। ਐਂਡ ਕਰਾਂਗੀ ਅੱਜ ਦਾ ਵੱਲੋਂ ਮੇਰਾ ਇਹ ਸੀ, ਅਗਰ ਮੇਰਾ ਵੱਲੋਂ ਪਸੰਦ ਆਇਆ ਹੋਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਸ਼ੇਅਰ ਜ਼ਰੂਰ ਕਰੇਂ। ਇਸੇ ਤਰ੍ਹਾਂ ਆਪਣੀ ਭੈਣ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।